ਸਸਤਾ ਲਾਜ ਤੇ ਸਸਤੀ ਵਿਦਿਆ ਦਾ ਮੁੱਦਾ ਆ। ਕਿਸਾਨ ਜਿਹੜਾ ਦਸਾਂ ਨਾਲ ਦੀ ਕਮਾਈ ਕਰਦਾ ਆ, ਉਹਨਾਂ ਦੀ ਜਿਹੜਾ ਖੇਤੀਬਾੜੀ ਉਹਦੇ ਵਿੱਚੋਂ ਮੁਨਾਫੇ ਦਾ ਮੁੱਦਾ ਵੀ ਚਾਰ ਪੈਸੇ ਬਚ ਜਾਣ। ਛੋਟੇ ਦੁਕਾਨਦਾਰ ਦੀ ਸੇਲ ਦਾ ਮੁੱਦਾ ਆ, ਉਹਦੀ ਦੁਕਾਨ ਬਚੀ ਰਹੇ, ਉਹਦਾ ਬੱਚਾ ਕੰਮ ਤੇ ਲੱਗਾ ਕਰ। ਖੇਤ ਮਜ਼ਦੂਰ ਆ, ਜਮਾਤਾਂ ਚਾਰ ਵੀ ਨਹੀਂ ਪੜੇ, ਉਹਨੇ ਸਰਕਾਰੀ ਨੌਕਰੀ ਨਹੀਂ ਕਰ ਸਕਣਾ, ਪਰ ਆਪਣਾ ਹਿੱਸਾ ਤਾਂ ਸਮਾਜ ਵਿੱਚ ਉਹ ਵੀ ਪਾ ਰਿਹਾ, ਬੁੱਧੀ ਮਾਂ ਵੀ ਪਾ ਰਹੀ ਆ, ਉਹ ਪਿੰਡ ਦਾ ਕਿਸਾਨ ਵੀ ਪਾ ਰਿਹਾ ਜਿਹੜਾ ਪੜ੍ਹਿਆ ਲਿਖਿਆ ਨਹੀਂ। ਇਸ ਵਾਸਤੇ ਅਸੀਂ ਚਾਹੁੰਦੇ ਹਾਂ ਕਿ ਸਭ ਨੂੰ ਰੁਜ਼ਗਾਰ ਮਿਲੇ, ਔਰ ਰੁਜ਼ਗਾਰ ਮਿਲਣ ਤੋਂ ਬਾਅਦ ਫਿਰ ਜਦੋਂ ਬੁੱਢਾ ਹੋ ਜਾਏ, ਉਹਦੀ ਜ਼ਿੰਮੇਵਾਰੀ ਸਰਕਾਰ ਚੱਕੇ ਵੀ ਇਹਦੀ ਰੋਟੀ ਪਾਣੀ ਅਸੀਂ ਚਲਾਉਣਾ। ਦੁਨੀਆਂ 'ਚ ਚਲਾਇਆ ਜਾਂਦਾ ਆ, ਮੈਂ 60 ਸਾਲ ਸਮਾਜ ਨੂੰ ਦਿੱਤੇ ਆ, ਅਤੇ 60 ਸਾਲਾਂ ਬਾਅਦ ਮੈਨੂੰ ਰੋਟੀ ਦਾ ਜ਼ਿੰਮਾ ਕੌਣ ਲਏਗਾ? ਇਹ ਕਹਿੰਦੇ ਜੀ ਨਿਆਣੇ ਦੇਣਗੇ, ਤਾਂ ਜਦੋਂ ਆਪਣੇ ਮੁੰਡੇ ਨੂੰ ਕਹਿੰਦਾ, ਉਹ ਕਹਿੰਦਾ ਪਾਪਾ ਮੈਂ ਤਾਂ ਆਪ ਨੌਕਰੀ ਨਹੀਂ ਕਰਦਾ, ਮੈਂ ਤੇਰਾ ਕਿੱਥੇ ਪਾਲ ਲਵਾਂ, ਮੈਂ ਤੇਰੀ ਸੇਵਾ ਕਰਨੀ ਚਾਹੁੰਦਾ ਪਰ ਮੈਨੂੰ ਨੌਕਰੀ ਮਿਲੇ ਤਾਂ ਸੇਵਾ ਕਰਾਂ ਤੇਰੀ, ਮੈਂ ਤਾਂ ਆਪ ਭੁੱਖਾ ਮਰ ਰਿਹਾ, ਆਤਮ ਹੱਤਿਆ ਕਰ ਰਿਹਾ ਰੋਜ਼, ਮੁੰਡੇ ਲੋਕਾਂ ਦੀਆਂ ਲੜਕੀਆਂ ਆਤਮ ਹੱਤਿਆ ਕਰ ਰਹੀਆਂ। ਮੇਰਾ ਭਾਵ ਅਸੀਂ ਇਹ ਲੋਕਾਂ ਦਾ ਮਸਲਾ, ਬੇਰੁਜ਼ਗਾਰੀ ਦਾ ਮੁੱਦਾ ਬਹੁਤ ਵੱਡਾ, ਕਰਜ਼ਿਆਂ ਦਾ ਮੁੱਦਾ ਬਹੁਤ ਵੱਡਾ, ਸਾਡੇ ਬੱਚਿਆਂ ਦੀ ਨਸ਼ਿਆਂ ਦਾ ਬਹੁਤ ਵੱਡਾ ਮੁੱਦਾ, ਸਸਤਾ ਇਲਾਜ ਤੇ ਸਸਤੀ ਵਿਦਿਆ ਦਾ ਮੁੱਦਾ ਆ। ਕਿਸਾਨ ਜਿਹੜਾ ਦਸਾਂ ਨਾਲ ਦੀ ਕਮਾਈ ਕਰਦਾ ਆ, ਉਹਨਾਂ ਦੀ ਜਿਹੜਾ ਖੇਤੀਬਾੜੀ ਉਹਦੇ ਵਿੱਚੋਂ ਮੁਨਾਫੇ ਦਾ ਮੁੱਦਾ ਵੀ ਚਾਰ ਪੈਸੇ ਬਚ ਜਾਣ। ਛੋਟੇ ਦੁਕਾਨਦਾਰ ਦੀ ਸੇਲ ਦਾ ਮੁੱਦਾ ਆ, ਉਹਦੀ ਦੁਕਾਨ ਬਚੀ ਰਹੇ, ਉਹਦਾ ਬੱਚਾ ਕੰਮ ਤੇ ਲੱਗਾ ਕਰਦਾ। ਭਗਵੰਤ ਮਾਨ ਜਿਹੜਾ ਹੋਸਪਿਟਲ ਹੈ ਸਰਕਾਰ ਦਾ ਤਰਨ ਤਾਰਨ ਵਾਲਾ, ਉੱਥੇ ਡਾਕਟਰ ਭੇਜਤਾ ਪਹਿਲਾਂ, ਉੱਥੇ ਨਰਸਾਂ ਪੂਰੀਆਂ ਹੋਣ, ਉੱਥੇ ਦਵਾਈਆਂ ਮੁਫ਼ਤ ਦੇਣ ਤਾਂ ਕਿ ਲੋਕੀ ਆਪਣਾ ਇਲਾਜ ਕਰਵਾ ਲੈਣ। ਜਿਹੜਾ ਕਲਿੰਕ ਤੂੰ ਖੋਲਿਆ, ਇਹ ਸਾਡੇ ਸਾਨੂੰ ਬੇਵਕੂਫ ਬਣਾਉਣ ਲਈ ਖੋਲਿਆ। ਪਾ ਮੇਰਾ ਕਹਿਣ ਤੋਂ ਸਰਕਾਰ ਦੇ ਹਸਪਤਾਲਾਂ ਦੀਆਂ ਬਿਲਡਿੰਗਾਂ, ਮੇਰੇ ਆਪਣੇ ਪਾਸ ਨੇ ਪਿੰਡ, ਵਿਦੇਸ਼ੀ ਭਰਾਵਾਂ ਨੇ ਇੱਕ ਬਹੁਤ ਵੱਡਾ 5 ਕਰੋੜ ਦਾ ਹਸਪਤਾਲ ਬਣਾਇਆ, ਮੈਂ ਉਹਦਾ ਕਮੇਟੀ ਦਾ ਮੈਂਬਰ ਵੀ ਹਾਂ। ਲੈ ਸਾਡਾ ਹਸਪਤਾਲ ਸਰਕਾਰ ਨੇ ਉਹਨੂੰ ਅੱਜ ਅਖੀਰ 'ਚ ਪਿੰਡ ਵਾਲਿਆਂ ਨੇ ਠੇਕੇ 'ਤੇ ਦੇ ਦਿੱਤਾ ਕਿ ਡਾਕਟਰ ਜਾਣ, ਸਰਕਾਰ ਦੇ ਨਰਸਾਂ ਜਾਣ, ਲੋਕਾਂ ਨੂੰ ਮੁਫ਼ਤ।